राखी अमृत चाट बिखे बिख खाई माया मोह परम पे पूले सुत दारा से प्रीतल एक उत्तम पंथ सुनयो गुर संगत तेहे मिलंत जम त्रास मिटाई एक अरदास पाठ कीरत की गोरे राम दास रखो सर एक अरदास पाठ कीरत की गोरे राम दास राखो सरना सुख टल गुर सेविय एहन सुसहज सुभाय दर्शन परसे गुरु के जन्म मरण दुख जाय होवे सिफत खसाम दी नूर अरसों कुरसों चटिया तुद डिठे सचे पातशाह मल जन्म जन्म दी कटिया सजन सचा पातशाह सिर सहांदे जिस पास बैठिया सोहिया सवनांदा विसाहु सजन सचा पातशाह सिर सहांदे जिस पास बैठिया सोहिया सवनांदा विसाहु सतनाम श्री वाहे गुरु साहिब जी तनासरी महला पहला मिलया परवान ना तिस मरण ना आवन जान ठाकुर मह दास दास मह सोए जह देखा तह अवर ना कोए सहज मिले मिलया परवान ना तिस मरण ना आवन जान ठाकुर मह दास दास मह सोए जह देखा तह अवर ना कोए गुरमुख भगत सहज कर पाइए बिन गुर भेटे मर आइए जाइए रहाओ सो गुर करो जे साच दिरड़ावे अकथ कथावे शब्द मिलावे हर के लोग अवर नहीं कारा साचो ठाकुर साच प्यारा त
तन मह मनुआ मन मह साचा सो साचा मिल साचे राचा सेवक प्रभ कै लागे पाए सतगुर पूरा मिले मिलाए आप दिखावे आपे देखे हाथ ना पतीजे ना बहु पिखे काड़ पांडे जिन अमृत पाया प्रेम भगत प्रभ मन पति आया पढ़ पढ़ भूल है चोटा खाहे बहुत सियाणप आवह जाहे नाम जपै भौ भोजन खाए गुरमुख सेवक रहे समाए पूज सिला तीरथ बन बसा परमत डोलत पै उदासा मन मैल सूचा क्यों होए साच मिले पावे पत सोए आचारा विचार शरीर आद जुगाद सहज मन तीर पल पंकज मह कोट उदारे कर कृपा गुर मेल प्यारे किस आगे प्रभ तुद सालाही तुद बिन दूजा मैं को नाही ज्यों तुद पावे त्यों राख रजाए नानक सहज पाए गुण गाए किस आगे प्रभ तुद सालाही तुद बिन दूजा मैं को नाही ज्यों तुद पावे त्यों राख रजाए नानक सहज पाए गुण गाए वाहिगुरु जी का खालसा वाहिगुरु जी की फतेह। तनासरी महला पहला सहज मिले मिलिया परवान ना ते स्मरण ना आवन जान ठाकुर मह दास दास मह सोए जह देखा तह अवर ना कोए। जेड़ा मनुख गुरु दी राही अडोल अवस्था विच टिके प्रभु चरणा विच जुड़ता है उसका प्रभु चरणा विच जुड़ना कबूल पैंदा है। उस मनुख नू ना आत्मक मौत आउंदी है ना ही जन्म मरण दा गेड़ अजिहा प्रभु दा दास प्रभु विच लीन रहिंदा है। प्रभु अजिहे सेवक दे अंदर प्रगट हो जांदा है।
ਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ। ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ ਆਤਮਕ ਟਿਕਾਣਾ ਮਿਲ ਜਾਂਦਾ ਹੈ, ਜਿੱਥੇ ਮਨ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਪਰ ਗੁਰੂ ਨੂੰ ਮਿਲਣ ਤੋਂ ਬਿਨਾਂ ਆਤਮਕ ਮੌਤ ਮਰ ਕੇ ਜਨਮ ਮਨ ਦੇ ਗੇੜ ਵਿੱਚ ਪੈ ਰਹਿੰਦਾ ਹੈ। ਰਹਾਓ, ਮੈਂ ਵੀ ਉਹੀ ਗੁਰੂ ਧਾਰਨਾ ਚਾਹੁੰਦਾ ਹਾਂ ਜਿਹੜਾ ਸਦਾ ਸਿਰ ਪ੍ਰਭੂ ਨੂੰ ਮੇਰੇ ਹਿਰਦੇ ਵਿੱਚ ਪੱਕੀ ਤਰ੍ਹਾਂ ਟਿਕਾ ਦੇਵੇ, ਜਿਹੜਾ ਮੈਥੋਂ ਅਕਥ ਪ੍ਰਭੂ ਦੀ ਸਿਫਤ ਸਲਾਹ ਕਰਾਵੇ ਅਤੇ ਆਪਣੇ ਸ਼ਬਦ ਦੀ ਰਾਹੀਂ ਮੈਨੂੰ ਪ੍ਰਭੂ ਚਰਨਾਂ ਵਿੱਚ ਜੋੜ ਦੇਵੇ। ਪਰਮਾਤਮਾ ਦੇ ਭਗਤ ਨੂੰ ਸਿਫਤ ਸਲਾਹ ਤੋਂ ਬਿਨਾਂ ਕੋਈ ਹੋਰ ਕਾਰ ਨਹੀਂ ਸੁਝਦੀ। ਭਗਤ ਸਦਾ ਥਿਰ ਪ੍ਰਭੂ ਨੂੰ ਹੀ ਸਿਮਰਦਾ ਹੈ, ਸਦਾ ਥਿਰ ਪ੍ਰਭੂ ਉਸਨੂੰ ਪਿਆਰਾ ਲੱਗਦਾ ਹੈ। ਉਸਦਾ ਮਨ ਸਰੀਰ ਦੇ ਅੰਦਰ ਹੀ ਰਹਿੰਦਾ ਹੈ, ਭਾਵ ਮਾਇਆ ਮੋਹਿਆ ਦਸੀ ਪਾਸੀ ਦੌੜਦਾ ਨਹੀਂ ਫਿਰਦਾ। ਉਸਦੇ ਮਨ ਵਿੱਚ ਸਦਾ ਸਿਰ ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਉਹ ਸੇਵਕ ਸਦਾ ਸਿਰ ਪ੍ਰਭੂ ਨੂੰ ਸਿਮਰ ਕੇ ਅਤੇ ਉਸ ਵਿੱਚ ਮਿਲ ਕੇ ਉਸਦੀ ਯਾਦ ਵਿੱਚ ਲੀਨ ਰਹਿੰਦਾ ਹੈ। ਉਹ ਸੇਵਕ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਗੁਰੂ ਉਸਨੂੰ ਪ੍ਰਭੂ ਚਰਨਾਂ ਵਿੱਚ ਮਿਲਾ ਦਿੰਦਾ ਹੈ। ਪਰਮਾਤਮਾ ਆਪਣਾ ਦਰਸ਼ਨ ਆਪ ਹੀ ਗੁਰੂ ਦੀ ਰਾਹੀਂ ਕਰਾਉਂਦਾ ਹੈ, ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ। ਇਸ ਵਾਸਤੇ ਉਹ ਹੱਟ ਦੀ ਰਾਹੀਂ ਕੀਤੇ ਕਰਮਾਂ ਉੱਤੇ ਨਹੀਂ ਭਤੀਜਦਾ, ਨਾ ਹੀ ਬਹੁਤੇ ਧਾਰਮਿਕ ਭੇਖਾਂ 'ਤੇ ਪ੍ਰਸੰਨ ਹੁੰਦਾ ਹੈ। ਜਿਸ ਪ੍ਰਭੂ ਨੇ ਸਾਰੇ ਸਰੀਰ ਸਾਜੇ ਹਨ ਅਤੇ ਗੁਰੂ ਦੀ ਸ਼ਰਨ ਆਏ ਕਿਸੇ ਵਡਭਾਗੀ ਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਪਾਇਆ ਹੈ, ਉਸੇ ਪ੍ਰਭੂ ਨੇ ਉਸਦਾ ਮਨ ਪ੍ਰੇਮ ਭਗਤੀ ਵਿੱਚ ਜੋੜਿਆ ਹੈ। ਜਿਹੜੇ ਮਨੁੱਖ ਵਿੱਦਿਆ ਪੜ੍ਹ ਪੜ੍ਹ ਕੇ ਵਿੱਦਿਆ ਦੇ ਮਾਨ ਵਿੱਚ ਹੀ ਸਿਮਰਨ ਤੋਂ ਖੁੰਝ ਜਾਂਦੇ ਹਨ, ਉਹ ਆਤਮਕ ਮੌਤ ਦੀਆਂ ਚੋਟਾਂ ਸਹਿੰਦੇ ਹਨ। ਵਿੱਦਿਆ ਦੀ ਬਹੁਤੀ ਚਤੁਰਾਈ ਦੇ ਕਾਰਨ ਜਨਮ ਮਨ ਦੇ ਗੇੜ ਵਿੱਚ ਪੈਂਦੇ ਹਨ। ਜਿਹੜਾ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਅਤੇ ਪ੍ਰਭੂ ਦੇ ਡਰ ਅਦਬ ਨੂੰ ਆਪਣੇ ਆਤਮਾ ਦੀ ਖੁਰਾਕ ਬਣਾਉਂਦਾ ਹੈ, ਉਹ ਸੇਵਕ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਵਿੱਚ ਲੀਨ ਰਹਿੰਦੇ ਹਨ। ਜਿਹੜਾ ਮਨੁੱਖ ਪੱਥਰ ਦੀਆਂ ਮੂਰਤੀਆਂ ਪੂਜਦਾ ਰਿਹਾ, ਤੀਰਥਾਂ 'ਤੇ ਇਸ਼ਨਾਨ ਕਰਦਾ ਰਿਹਾ, ਜੰਗਲਾਂ ਵਿੱਚ ਨਿਵਾਸ ਰੱਖਦਾ ਰਿਹਾ, ਤਿਆਗੀ ਬਣ ਕੇ ਥਾਂ ਥਾਂ ਭਟਕਦਾ ਡੋਲਦਾ ਫਿਰਿਆ ਅਤੇ ਇੰਨਾ ਹੀ ਕਰਮਾਂ ਨੂੰ ਧਰਮ ਸਮਝਦਾ ਰਿਹਾ, ਜੇ ਉਸਦਾ ਮਨ ਮੈਲਾ ਹੀ ਰਿਹਾ ਤਾਂ ਉਹ ਪਵਿੱਤਰ ਕਿਵੇਂ ਹੋ ਸਕਦਾ ਹੈ? ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਸਿਮਰਨ ਦੀ ਰਾਹੀਂ ਲੀਨ ਹੁੰਦਾ ਹੈ, ਉਹੀ ਪਵਿੱਤਰ ਹੁੰਦਾ ਹੈ ਅਤੇ ਉਹ ਲੋਕ ਪ੍ਰਲੋਕ ਵਿੱਚ ਇੱਜ਼ਤ ਪਾਉਂਦਾ ਹੈ। ਜਿਸ ਦੇ ਅੰਦਰ ਉੱਚਾ ਆਚਰਣ ਵੀ ਹੈ ਅਤੇ ਉੱਚੀ ਆਤਮਕ ਸੁਝ ਵੀ ਹੈ, ਜਿਸਦਾ ਮਨ ਸਦਾ ਹੀ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਅਤੇ ਗੰਭੀਰ ਰਹਿੰਦਾ ਹੈ, ਜੋ ਅੱਖ ਚਮਕਣ ਦੇ ਸਮੇਂ ਵਿੱਚ ਕਰੋੜਾਂ ਬੰਦਿਆਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਹੇ ਪਿਆਰੇ ਪ੍ਰਭੂ, ਮਿਹਰ ਕਰਕੇ ਮੈਨੂੰ ਉਹ ਗੁਰੂ ਮਿਲਾ। ਹੇ ਪ੍ਰਭੂ, ਮੈਂ ਕਿਸ ਬੰਦੇ ਅੱਗੇ ਤੇਰੀ ਸਿਫਤ ਸਲਾਹ ਕਰਾਂ? ਮੈਨੂੰ ਤਾਂ ਤੈਥੋਂ ਬਿਨਾਂ ਹੋਰ ਕੋਈ ਕਿਤੇ ਦਿਸਦਾ ਹੀ ਨਹੀਂ। ਜਿਵੇਂ ਤੇਰੀ ਮਿਹਰ ਹੋਵੇ ਮੈਨੂੰ ਆਪਣੀ ਰਜ਼ਾ ਵਿੱਚ ਰੱਖ। ਨਾਨਕ ਜੀ ਆਖਦੇ ਹਨ, ਹੇ ਪ੍ਰਭੂ, ਤੇਰਾ ਦਾਸ ਅਡੋਲ ਆਤਮਕ ਅਵਸਥਾ ਵਿੱਚ ਟਿਕ ਕੇ, ਤੇਰੇ ਪ੍ਰੇਮ ਵਿੱਚ ਟਿਕ ਕੇ ਤੇਰੇ ਗੁਣ ਗਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।